ਨਵੇਂ ਦਿਨ ਇੱਕ ਨਵੀਂ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਸਾਡੇ YouTube ਚੈਨਲ ਨੈਨਿੰਦਰ ਵਲੌਗਸ ਤੇ। ਤੁਹਾਨੂੰ ਮੈਂ ਦੱਸਿਆ ਸੀਗਾ ਨਾ ਜੀ ਮੈਂ ਮੋਟੋ ਬਲੌਗਿੰਗ ਸ਼ੁਰੂ ਕਰ ਰਿਹਾ ਤੇ ਉਹਦੇ ਕਰਕੇ ਆਪਣੇ ਕੋਲੇ ਆ ਗਿਆ ਇੱਕ ਪ੍ਰੋਡਕਟ ਜੋ ਕਿ ਹੈਗਾ ਚੈਸਟ ਮਾਊਂਟ। ਇਹਨੂੰ ਆਪਾਂ ਅਨਬਾਕਸ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਖੋਲਦੇ ਹਾਂ। ਟੈਂ ਟੈਂ ਮਿਊਜ਼ਿਕ ਮੈਂ ਆਪਣਾ ਹੀ ਪਾ ਦਿੰਦਾ ਵਿੱਚ। ਯਾਰ ਇੱਕ ਹੱਥ ਨਾਲ ਵਲੌਗਿੰਗ ਕਰੋ, ਇੱਕ ਹੱਥ ਨਾਲ ਖੋਲੋ, ਸਭ ਤੋਂ ਔਖਾ ਕੰਮ ਇਹੀ ਹੈ। ਬਾਕੀ ਦੇਖਦਾ ਹੁਣ ਮੈਂ ਨਾ ਹੈਲਮਟ ਵੀ ਮੰਗਾਊਂਗਾ। ਇਹ ਚੈਸਟ ਮਾਊਂਟ ਹੈ, ਫਿਲਹਾਲ ਤਾਂ ਹਲੇ ਚੈਸਟ 'ਤੇ ਲਾ ਕੇ ਕੰਮ ਸਾਰਾਂਗੇ। ਵਾਓ, ਸਭ ਤੋਂ ਪਹਿਲਾਂ ਆ ਗਿਆ ਜੀ ਬਿੱਲ, ਆ ਗਿਆ ਜੀ ਬਿੱਲ, ਠੀਕ ਹੈ ਜੀ। ਆ ਗਿਆ ਆਪਣਾ ਚੈਸਟ ਮਾਊਂਟ, ਠੀਕ ਹੈ ਜੀ। ਇਹਨੂੰ ਮੈਂ ਖੋਲਦਾ ਹਾਂ, ਫਿਰ ਤੁਹਾਨੂੰ ਮੈਂ ਲਗਾ ਕੇ ਦਿਖਾਉਂਦਾ ਹਾਂ। ਹਾਂਜੀ, ਆ ਗਿਆ ਜੀ ਆਪਣਾ ਚੈਸਟ ਮਾਊਂਟ। ਹੁਣ ਆਪਾਂ ਇਹਦੇ 'ਤੇ ਫੋਨ ਲਗਾਉਂਦੇ ਹਾਂ ਅਤੇ ਤੁਹਾਨੂੰ ਫੋਨ ਤੋਂ ਦਿਖਾਉਂਦੇ ਹਾਂ ਵੀਡੀਓ ਬਣਾ ਕੇ ਕਿੱਦਾਂ ਦੀ ਬਣਦੀ ਹੈ। ਆਈ ਥਿੰਕ ਸੋ ਕਿ ਬਹੁਤ ਹੀ ਘੈਂਟ ਬਣੂਗੀ, ਅਤੇ ਆਪਾਂ ਮੋਟੋ ਵਲੌਗਿੰਗ ਇਹਦੇ 'ਤੇ ਹੁਣ ਕਰਿਆ ਕਰਾਂਗੇ। ਹਲੇ ਮਾਈਕ ਵਾਲਾ ਤਾਂ ਕੋਈ ਸਿਸਟਮ ਹੋਊਗਾ ਨਹੀਂ, ਲੇਕਿਨ ਥੋੜ੍ਹੇ ਟਾਈਮ ਤੱਕ ਆਪਾਂ ਹੈਲਮਟ ਲੈ ਕੇ ਉਹਦੇ 'ਤੇ ਵੀ ਮਾਊਂਟ ਲਗਾ ਕੇ ਮਾਈਕ ਫਿੱਟ ਕਰਕੇ ਉਹਦੇ 'ਤੇ ਮੋਟਿੰਗ ਵਲੌਗਿੰਗ ਸ਼ੁਰੂ ਕਰਾਂਗੇ। ਅਤੇ ਤੁਸੀਂ ਫਿਲਹਾਲ ਇਹ ਦੇਖੋ, ਆ ਮੈਂ ਫੋਨ ਦੂਸਰਾ ਵਾਲਾ ਔਨ ਕਰ ਰਿਹਾ, ਉਸ ਤੋਂ ਬਾਅਦ ਮੈਂ ਇੱਥੇ ਫਿੱਟ ਕਰ ਲਵਾਂ, ਫਿਰ ਮੈਂ ਔਨ ਕਰਕੇ ਤੁਹਾਨੂੰ ਦਿਖਾਉਂ ਲਈ ਜੀ। ਆਹ ਲੱਗ ਗਿਆ ਆਪਣਾ ਮੋਟੋ ਵਲੌਗ ਸੈਟਅਪ, ਅਤੇ ਆਹ ਆਪਣਾ ਫੋਨ ਹੈ ਜਿਹੜਾ ਕਿ ਸਾਹਮਣੇ ਰਿਕਾਰਡ ਕਰਿਆ ਕਰੂਗਾ ਜਦੋਂ ਆਪਾਂ ਬਾਈਕ 'ਤੇ ਜਾਇਆ ਕਰਾਂਗੇ। ਥੋੜ੍ਹਾ ਜਿਹਾ ਸ਼ੇਕ ਹੁੰਦਾ ਆ ਯਾਰ, ਲੇਕਿਨ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਐਡਜਸਟ ਕਰ ਲਿਓ ਹਲੇ ਥੋੜ੍ਹੇ ਟਾਈਮ ਦੇ ਲਈ। ਫਿਰ ਆਪਾਂ ਹੈਲਮਟ 'ਤੇ ਜਦੋਂ ਲਗਾ ਲਾਂਗੇ ਫਿਰ ਪ੍ਰੋਪਰ ਹੋ ਜਾਊਗਾ, ਅਤੇ ਇਹਦੇ ਨਾਲ ਵੀ ਵੀਡੀਓ ਬਣ ਰਹੀ ਹੈ, ਇਹਦੇ ਨਾਲ ਵੀ ਵੀਡੀਓ ਦੇਖ ਕੇ ਦੱਸਿਓ ਕਿੱਦਾਂ ਦੀ ਬਣ ਰਹੀ ਹੈ। ਇਸ ਤੋਂ ਅਗਲਾ ਪਾਰਟ ਮੈਂ ਉਹੀ ਪਾਊਂਗਾ, ਅਤੇ ਬਾਕੀ ਯਾਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਹੁਣ ਮੈਂ ਘਰੇ ਜਾਊਂਗਾ ਜਦੋਂ ਇਹਦੇ ਤੋਂ ਹੀ ਵੀਡੀਓ ਬਣਾਊਂਗਾ, ਅਤੇ ਅੱਜ ਦੀ ਵੀਡੀਓ ਮੈਂ ਜ਼ਿਆਦਾ ਲੰਬੀ ਨਹੀਂ ਰੱਖੂੰਗਾ, ਥੋੜ੍ਹੀ ਜਿਹੀ ਹੀ ਰੱਖੂੰਗਾ। ਇਹਨੂੰ ਲਗਾ ਕੇ ਮੈਂ ਘਰੇ ਜਾਊਂਗਾ, ਅਤੇ ਉਸ ਤੋਂ ਬਾਅਦ ਘਰੇ ਜਾ ਕੇ ਜੇ ਜੋਬਨ ਜਾਗਦੀ ਹੋਈ ਖੇਡ ਉਹਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਦਿਖਾ ਕੇ, ਜਾਂ ਜੇ ਨਹੀਂ ਜਾਗਦੀ ਹੋਊਗੀ ਤਾਂ ਰਾਤ ਨੂੰ ਥੋੜ੍ਹਾ ਜਿਹਾ ਦਿਖਾ ਕੇ ਤਾਂ ਵੀਡੀਓ ਐਂਡ ਕਰ ਦੂੰਗਾ। ਜ਼ਿਆਦਾ ਲੰਬੀ ਨਹੀਂ ਬਣਾਊਂਗਾ, ਸਿਰਫ ਇਹਦੇ ਕਰਕੇ ਮੈਂ ਅੱਜ ਵੀਡੀਓ ਬਣਾ ਰਿਹਾ, ਕਿਉਂਕਿ ਇਹਨੂੰ ਆਪਾਂ ਅਨਬਾਕਸ ਕੀਤਾ ਸੀਗਾ ਅੱਜ। ਬਾਕੀ ਇੱਦਾਂ ਹੈਗਾ ਜੀ, ਠੀਕ ਹੈ। ਅਤੇ ਹੁਣ ਤੁਸੀਂ ਇਹਦਾ ਸ਼ੋਟ ਵੀ ਦੇਖ ਲਿਓ, ਦੱਸਿਓ ਮੈਨੂੰ ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਦਾ ਨਹੀਂ, ਫਿਰ ਆਪਾਂ ਮਿਲਦੇ ਹਾਂ ਉੱਥੇ। ਅੱਜ ਫਿਰ ਆਪਾਂ ਲਾਈ ਸੀਗੀ ਜੀ ਇੱਥੇ ਸ਼ਬੀਲ, ਫਿਰ ਆਪਾਂ ਸ਼ਬੀਲ ਹੁਣ ਮੈਂ ਘਰੇ ਦੇਣ ਚੱਲਿਆ ਹਾਂ, ਅਤੇ ਲੈ ਕੇ ਚੱਲਿਆ ਮੈਂ ਪਰਸ਼ਾਦੇ ਜਿਹੜੇ ਕਿ ਮੈਂ ਘਰੇ ਦੇ ਕੇ ਆਊਂਗਾ। ਲਓ ਜੀ, ਇੱਥੋਂ ਆਪਣਾ ਹੁੰਦਾ ਮੋਟੋ ਵਲੌਗਿੰਗ ਸਟਾਰਟ। ਇੱਥੋਂ ਦੀ ਆਪਾਂ ਨਿਕਲੇ ਦੁਕਾਨ ਤੋਂ ਘਰੇ ਜਾਣ ਦੇ ਲਈ, ਘਰੇ ਜਾਂਦੇ ਹੋਏ ਹੁਣ ਕਿੱਦਾਂ ਦਾ ਐਂਗਲ ਆ ਰਿਹਾ ਕਿੱਦਾਂ ਦਾ ਨਹੀਂ ਮੈਨੂੰ ਨਹੀਂ ਪਤਾ, ਅਤੇ ਇੱਕ ਤਾਂ ਨਾ ਯਾਰ ਇਹ ਨਾ ਸ਼ੇਕ ਬਹੁਤ ਕਰਦਾ ਆ, ਜਦੋਂ ਆਪਾਂ ਦੂਸਰਾ ਮਾਊਂਟ ਲਗਾਵਾਂਗੇ ਨਾ ਉਹਦੇ ਨਾਲ ਕੰਮ ਸਹੀ ਹੋਊਗਾ। ਹਾਲੇ ਫਿਲਹਾਲ ਆਪਾਂ ਨੂੰ ਸ਼ੇਕਿੰਗ ਦੇ ਨਾਲ ਹੀ ਕੰਮ ਚਲਾਉਣਾ ਪੈਣਾ। ਚਲੋ ਕੋਈ ਗੱਲ ਨਹੀਂ, ਫਿਲਹਾਲ ਘਰੇ ਜਾਂਦੇ ਜਾਂਦੇ ਆਪਾਂ ਹੁਣ ਦੇਖ ਲਾਂਗੇ ਨਾਲੇ ਇਹਦਾ ਐਂਗਲ ਕਿਵੇਂ ਆ ਕਿੱਦਾਂ ਆ। ਜ਼ਿਆਦਾ ਹੀ ਯਾਰ ਥੋੜ੍ਹਾ ਜਿਹਾ ਨਾ ਸਾਈਡ 'ਤੇ ਮੈਨੂੰ ਲੱਗਦਾ ਜਾ ਰਿਹਾ ਆ, ਬਾਕੀ ਹੁਣ ਜਦੋਂ ਵੀਡੀਓ ਐਡਿਟ ਕਰਨ ਬੈਠੂੰਗਾ ਉਦੋਂ ਮੈਨੂੰ ਅਸਲੀ ਪਤਾ ਲੱਗੂਗਾ, ਹਲੇ ਕੁਛ ਨਹੀਂ ਪਤਾ ਲੱਗਣਾ ਹੈਗਾ। ਉਹ ਆਟੋ ਵਾਲੇ ਵੀਰੇ ਲੰਘ ਲੈਂਦੇ ਮੈਨੂੰ, ਆਟੋ ਵਾਲੇ ਵੀਰੇ ਨੂੰ ਮੈਂ ਤੇਜ਼ ਕਰ ਰਿਹਾ, ਆਟੋ ਵਾਲਾ ਵੀਰਾ ਵੀ ਤੇਜ਼ ਕਰੀ ਜਾਂਦਾ। ਚਲੋ ਕੋਈ ਗੱਲ ਨਹੀਂ, ਜਾਂਦੇ ਜਾਂਦੇ ਹੁਣ ਇਹ ਤੋਂ ਅੱਗੇ ਤਾਂ ਲੰਘ ਹੀ ਜਾਵਾਂਗੇ, ਮੈਨੂੰ ਲੱਗਦਾ ਅੱਗੇ ਜਾ ਕੇ ਦੁਕਾਨ 'ਤੇ ਰੁਕੂਗਾ, ਜੇ ਰੁਕ ਗਿਆ ਫਿਰ ਆਪਾਂ ਫਟਾਫਟ ਅੱਗੇ ਕੱਢ ਦੇਣਾ ਆ। ਵਾਹਿਗੁਰੂ ਮੇਰ ਰੱਖਿਓ ਦਾਤਾ ਜੀ, ਰੁਕਿਆ ਵੀਰਾ ਰੁਕਿਆ, ਆਪਾਂ ਫਟਾਫਟ ਕੱਢੀਏ। ਚਲੋ 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 ਚਲੋ, ਇਹ ਬਣੀ ਨਾ ਗੱਲ, ਹੁਣ ਆਪਾਂ ਜੀ ਸਿੱਧਾ ਘਰ ਪਹੁੰਚਣਾ ਇੱਥੋਂ ਦੀ। ਹੁਣ ਮੈਨੂੰ ਨਾ ਅਸਲੀ ਉੱਥੇ ਪਤਾ ਲੱਗੂਗਾ, ਉਹ ਉੱਤੇ ਵੀ ਜੰਪਰ 'ਤੇ ਕਿਵੇਂ ਹਿੱਲਿਆ ਕੈਮਰਾ, ਹੁਣ ਮੈਨੂੰ ਨਾ ਅੱਗੇ ਅਸਲੀ ਉੱਥੇ ਪਤਾ ਲੱਗੂਗਾ ਜਦੋਂ ਮੈਂ ਮੋੜ ਕੱਟੂੰਗਾ। ਮੋੜ ਕੱਟ ਕੇ ਨਾ ਜਿਹੜੀ ਆਪਣੀ ਗਲੀ ਆ ਬਹੁਤ ਹੀ ਜ਼ਿਆਦਾ ਉੱਬੜ ਖਾਬੜ ਜੀ ਆ, ਉੱਥੋਂ ਦੀ ਹੁਣ ਅਸਲੀ ਪਤਾ ਲੱਗੂਗਾ ਕਿਵੇਂ ਇਹਦੀ ਸ਼ੇਕਿੰਗ ਸ਼ੂਕਿੰਗ ਕਿਵੇਂ ਆ, ਜ਼ਿਆਦਾ ਕਰਦਾ ਸ਼ੇਕ ਕੇ ਘੱਟ ਕਰਦਾ ਆ। ਆ ਗਿਆ ਮੋੜ, ਮੋੜੋ 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 ਮੋੜੋ, ਹਾਂ ਇੱਥੇ ਮੈਨੂੰ ਲੱਗਦਾ ਅਸਲੀ ਇੱਥੇ ਪਤਾ ਲੱਗੂ ਹੁਣ ਕਿੱਦਾਂ ਹਿੱਲਦਾ। ਬਾਕੀ ਹੁਣ ਮੈਨੂੰ ਤਾਂ ਇਸ ਟਾਈਮ ਕੁਛ ਵੀ ਪਤਾ ਨਹੀਂ ਲੱਗ ਰਿਹਾ, ਦੁਕਾਨ 'ਤੇ ਜਾਊਂਗਾ ਐਡਿਟ ਕਰੂੰਗਾ ਵੀਡੀਓ ਨੂੰ ਫਿਰ ਪਤਾ ਲੱਗੂਗਾ। ਚਲੋ ਕੋਈ ਨਹੀਂ, ਬਾਕੀ ਯਾਰ ਕੰਮ ਚਲਾ ਲਿਓ, ਜਦੋਂ ਹੈਲਮਟ ਵਾਲਾ ਆਪਣਾ ਮਾਊਂਟ ਆਜੂਗਾ ਨਾ ਫਿਰ ਤੁਹਾਨੂੰ ਆਪਾਂ ਵਧੀਆ 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 ਕੰਟੈਂਟ ਦਿਆ ਕਰਾਂਗੇ। ਨਾਲੇ ਹੋ ਸਕਦਾ ਵੀ ਫਿਰ ਮੈਂ ਨਾ ਸੰਡੇ ਸਵੇਰੇ ਸਵੇਰੇ ਉੱਠ ਕੇ ਮੋਰਨਿੰਗ ਰਾਈਡ ਵੀ ਕਰਿਆ ਕਰਾਂ, ਜੇ ਮੋਰਨਿੰਗ ਰਾਈਡ ਕਰੂੰਗਾ ਫਿਰ ਉਹਦੇ 'ਤੇ ਜ਼ਿਆਦਾ ਮਜ਼ਾ ਆਊਗਾ ਘੁੰਮਣ ਫਿਰਨ ਦਾ। ਫਾਈਨਲੀ ਜੀ ਮਸਾ ਪਹੁੰਚਿਆ ਮੈਂ ਘਰ ਦੇ ਮੋੜ 'ਤੇ, ਹਿਲਦਾ ਹਿਲਾਉਂਦਾ, ਅਤੇ ਸਾਹਮਣੇ ਪੈਟ ਬੋਲ ਲਾਉਂਦੇ ਹੋਏ ਆਏ, ਡਰ ਵੀ ਬੜਾ ਲੱਗਦਾ ਇਹਦੇ ਤੋਂ, ਪੈਟ ਬੋਲ ਤੋਂ ਦੂਰੋਂ ਕਰਕੇ ਕੱਢਣਾ ਪੈਂਦਾ ਭਰਾਵਾ। ਇਹਨਾਂ ਨੂੰ ਕੀ ਹੋ ਗਿਆ, ਧੁੱਪ 'ਚ ਹੀ ਲੱਗੇ ਹੋਏ ਆ ਖੇਡਣ। ਚੱਲ ਆਪਾਂ ਨੂੰ ਕੀ ਆ, ਖੇਡੀ ਜਾਣ ਯਾਰ, ਆਪਾਂ ਕਿਹੜਾ ਇਹਨਾਂ ਤੋਂ ਕੁਛ ਲੈਣਾ ਆ। ਮੋਟਰਸਾਈਕਲ ਲਾਈਏ ਆਪਾਂ, ਇੱਥੇ ਚੱਲੀਏ ਆਪਾਂ ਅੰਦਰ ਨੂੰ। ਆਪਾਂ ਦੁਬਾਰਾ ਜਾ ਦੁਕਾਨ 'ਤੇ ਜਾਣ ਦੀ ਤਿਆਰੀ 'ਚ ਹਾਂ ਜੀ। ਲੰਗਰ ਪਾਣੀ ਖਾ ਲਿਆ, ਲੰਗਰ ਮੈਂ ਨਹੀਂ ਖਾਧਾ, ਮਤਲਬ ਇੱਕ ਪ੍ਰਸ਼ਾਦਾ ਹੀ ਖਾਧਾ ਮੈਂ। ਹੁਣ ਆਪਾਂ ਦੁਬਾਰਾ ਜਾਣ ਦੀ ਤਿਆਰੀ 'ਚ ਹਾਂ ਦੁਕਾਨ 'ਤੇ, ਅਤੇ ਉੱਧਰ ਬੱਬੂ ਜੀ ਵੀ ਉੱਠ ਖੜੇ। ਹੈਲੋ ਬੱਬੂ, ਹੈਲੋ, ਇੱਧਰ ਬੋਬਨਦੀਪ ਜੀ ਵੀ ਉੱਠ ਖੜੇ ਨੇ, ਬਸ ਹੈਲੋ ਹੈ ਨਾ, ਹਲੇ ਹੁਣੇ ਹੁਣੇ ਉੱਠੀ ਹੈ ਨਾ, ਇਸ ਕਰਕੇ ਬੁਲਾਊਗੀ ਨਹੀਂ ਇਹ ਕਿਸੇ ਨੂੰ।
ਤੇ ਮੈਂ ਚੱਲਦਾ ਜੀ ਹੁਣ ਦੁਕਾਨ ਤੇ ਤੇ ਤੁਹਾਨੂੰ ਦੁਕਾਨ ਤੇ ਜਾ ਕੇ ਮਿਲੂੰਗਾ ਹੁਣ ਵੀ ਆਰ ਗੋਇੰਗ ਟੂ ਸ਼ਾਪ ਅਗੇਨ ਘਰ ਨੂੰ ਬੋਲੋ ਬਾਏ ਬਾਏ खड़ी है जी अपनी आल्टो आप फिर तो दोबारा चलांगे उही उबड़ खाबड़ वाली गली दे विचों हुण उत्थे असली पता लगूगा किद्दां उबड़ खाबड़ जिहा होया होया सिस्टम इत्थों दी यार चढ़ाई जी चढ़ानी बहुत औखी है। चलो कोई नहीं फिर की है जाना तो हैगा ही है लंघना इत्थों ही आपां रोज़ कह के लंघदा मैं इत्थों दी इदां चलो कोई नहीं यार फिर की चलो खिचिए खिचिए हुण आपां कम फटाफट पहुँचिए दुकान ते आ गया जी फिर उही वाली गली इतों की मतलब सिवर तो चढ़ाता नहीं रहते यार सैड पर क्ड लैंना चलो फटाफट खिंच लव हूँ मैं इतों की कम नहीं तो लेट हो जाऊँगा दुकान पर जाने तो मैं लगता गाह खड़े होंगे उत्थे नाले स्पील भी लगी वैसे भी अपने अज उ सेवा का दिन ता करके फटाफट पहुँचना अज मैं एको प्रशादा खाता एको प्रशादे ही अज मैं लगता सारा दिन लंघ जाना मेरा अरे बचो देख के कट्टो फटाफट मोड़ इन्होंने इधर न घूम जाना सरिए लैके देखिए अद्धी गली के बिच आए पे ओए बंद होने लग गया ही मोटरसाइकिल चलो कभी कभी ध्यान नहीं रहता गेर का तीजे गेर च तोरी पे तीजे गेर च चलो जी हले ना मोटो ब्लॉगिंग तो इदा सिस्टम आ कि समझ नहीं आती मैं थोड़े ना की गल्लां करां हुण चलो कोई गल नहीं जो जो मेरे मन च आई जाता वो मैं थोड़ा दसी जाना इतों आप डिपार्टमेंटल स्टोर तो लें समान अगों स्कूटरी वाले अंकल जी निकले अपने ना ड्रैक रेस करना तो अगे निकलना आप वाहेगुरू 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 गुरुद्वारा साहब जो आए उदो वाहेगुरू 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 जरूर करो मैं तो टेके लंघना चाहिए यार ता ही सफर वधिया रहा है की बोली जाना मैं सफ़र होंदा या सफ़र वधिया रहा चलो अंकल जी पिछे चलो तुसी आप अगे कटांगे तो हम फटाफट आप दुकान पर पहुँचना है इतने रुक जमा हवा भराला नहीं रहेंगे यार इस टाइम नहीं रुकन का मन है बीर आते तो उन्होंने बीर आते मैं सेंटर चो कटूंगा हूँ हो सेंटर चो कटता इतने की लगा रहे यार टूटी बुला रहे पता नहीं की पानी की सप्लाई दे रहे उधर वाह जी वाह देखो दूरों दिख रहा छबील पता नहीं कैमरे से दिख रहा होना कि नहीं छबील का काम हाले तक चल रहा आओ जी आओ इतने आप हम सू भी रोकूंगे मैं लगता सू तो चलना नहीं किसी ने सू भी रोकूंगे देखो रोक रहे हैं ना असी आप ही रुक जाना असी ठीठ हाँ असी बोतल भरावे बाद द नेक्स्ट डे देखो जी मैं हुणे हुणे आया घरे आंदे हुए आप थोड़ा जिहा लेट हो गए चलो कोई गल नहीं तो आ रही अपनी जोबन ये आप थोड़ी जी वीडियो बनावे खेड़ खड़ैया करके फिर आप बंद कर देनी है वीडियो एंड कर देना ठीक है मोते चल आ इतें आ फिर उपर चल पोएम सुना दे एक पोएम सुना दे टैडी बियर टैडी बियर वाओ एक और मुन्ना राजा आली मुन्ना राजा वाओ वेरी गुड चलो आप वीडियो एंड करिए हूँ चलो ठीक है जी आप इस वीडियो ने इतने एंड करते हैं तो मिलते हैं थोड़ा अगली घंट जी वीडियो उदों तक लिए बाय 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 तो वीडियो में लाइक कर दो सबसक्राइब कर दो चैनल में तो बहुत 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 शेयर कर दो यार थोड़े जे नंबर बना दो नहीं मतलब नंबर बता दो थोड़े जे बाय बाय।